जीव ऐसी दशा प्राप्त करके इस जीवन में ही मुक्त हो जाता है। कह रविदास संत जे संतो ई पद है निर्वाण, ਇਹੀ ਰਹਾਸ ਤੋਂ ਪੁੱਛੇ ਪੁੱਛੇ ਸੋਹੇ ਸਤ ਸੁਝਾ। ਜਗਤ ਰਵਿਦਾਸ ਜੀ ਮਹਾਰਾਜ ਵਿਸ਼ਵ ਦੇ ਲੋਕਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਔਰ ਉਚਾਰਨ ਕਰਦੇ ਹਨ, ਹੇ ਸਤਿਗੁਰੂ ਸਾਧਨਾ ਕਰੋ, ਇਹੀ ਨਿਰਵਾਣ ਪਦ ਹੈ। ਜਿਹੜਾ ਇਸ ਰਹੱਸ ਨੂੰ ਲੈਂਦਾ ਹੈ, ਉਸਦਾ ਅਨੁਭਵ ਕਰ ਲੈਂਦਾ ਹੈ, ਉਸ ਜੀਵਨ ਵਿੱਚ ਹੀ ਨਿਰਵਾਣ ਪਾਰ ਜੀਵਨ ਮੁਕਤ ਦਾ ਨਿਰਵਾਣ, ਇਸ ਜੀਵਨ ਵਿੱਚ ਮੁਕਤ ਹੋ ਕੇ ਹਮੇਸ਼ਾ ਰਹਿਣ ਵਾਲੇ ਨਿਰਵਾਣ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ। ਜਗਤ ਰਵਿਦਾਸ ਮਹਾਰਾਜ ਨੇ ਅੰਮ੍ਰਿਤ ਬਾਣੀ ਰਾਹੀਂ ਵਿਸ਼ਵ ਦੇ ਕੋਨੇ ਕੋਨੇ ਵਿੱਚ ਜਾ ਕੇ ਸਾਰੀ ਮਾਨਵਤਾ ਨੂੰ ਕ੍ਰਾਂਤੀਕਾਰੀ, ਕਲਿਆਣਕਾਰੀ, ਸਮਾਜਵਾਦੀ ਅਤੇ ਅਧਿਆਤਮਕ ਉਪਦੇਸ਼ ਬਖਸ਼ਿਸ਼ ਕੀਤੇ ਹਨ, ਜੋ ਸਮੁੱਚੀ ਮਾਨਵਤਾ ਦੇ ਲਈ ਵਿਸ਼ਵ ਸ਼ਾਂਤੀ ਦਾ, ਮਾਨਵ ਪ੍ਰੇਮ ਦਾ, ਪ੍ਰਭੂ ਪ੍ਰੇਮ ਦਾ, ਵਿਸ਼ਵ ਭਾਈਚਾਰੇ ਦਾ ਔਰ ਬੇਗਮਪੁਰੇ ਵਤਨ ਦਾ ਜੋ ਸੰਕਲਪ ਵਿਸ਼ਵ ਸਥਾਪਿਤ ਕਰਨਾ ਹੈ, ਉਸਦਾ ਪ੍ਰਤੀਕ ਹੈ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਸ਼ਵ ਭਰ ਵਿੱਚ ਪੂਰਾ ਪਹਿਲਕਾਰ ਦੱਸਦੇ ਹਨ, ਜਿਨ੍ਹਾਂ ਵਿੱਚ ਵਿਸ਼ਵ ਪੱਧਰ 'ਤੇ ਜੋ ਏਕਤਾ ਦਾ ਸੂਤਰ ਹੈ, ਰਵਿਦਾਸ ਜੀ ਦਾ ਧਰਮ ਹੈ। ਸਾਡੇ ਜੋ ਸੰਤ ਮਹਾਂਪੁਰਸ਼ ਹਨ, ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾ ਰਹੇ ਹਨ, ਉਹਨਾਂ ਦੀ ਸ਼ਰਨ ਵਿੱਚ ਜਾ ਕੇ ਸਾਨੂੰ ਜੀਵਨ ਦਾ ਹੱਕ ਮਿਲਦਾ, ਮਾਰਗ ਪ੍ਰਾਪਤ ਹੁੰਦਾ ਹੈ। ਔਰ ਜਦੋਂ ਜੀਵ ਉਸ ਮਾਰਗ 'ਤੇ ਚੱਲਦਾ ਹੈ ਔਰ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ, ਬੱਚਿਆਂ ਨੂੰ, ਆਪਣੇ ਲੈਬਰਾਂ, ਗੁਰੂਆਂ, ਸੰਤਾਂ, ਮਹਾਂਪੁਰਸ਼ਾਂ, ਸਮਾਜ ਧਾਰਕਾਂ ਅਤੇ ਸ਼ਹੀਦਾਂ ਦੇ ਜਿਸ਼ਨਾਂ ਜੋੜਦਾ ਹੈ ਅਤੇ ਜੀਵ ਦਾ ਇਸ ਸੰਸਾਰ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਅੰਮ੍ਰਿਤ ਬਾਣੀ ਵਿੱਚ ਅੱਜ ਦੇ ਪਾਵਨ ਸ਼ਬਦ ਸਾਰੀ ਮਨੁੱਖਤਾ ਨੂੰ ਆਪਣੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਦਾ ਪਾਵਨ ਉਪਦੇਸ਼ ਬਖਸ਼ ਕਰਦੇ ਹਨ।